ਮੰਮੀ ਮੈਂ ਨਹੀਂ ਜਾਣਾ ਸਕੂਲੇ, ਮੈਨੂੰ ਨਾ ਭੇਜੋ, ਮੈਂ ਮੈਥ ਦਾ ਹੋਮਵਰਕ ਨਹੀਂ ਕੀਤਾ, ਮੈਡਮ ਜੀ ਨੇ ਮੈਨੂੰ ਕੁੱਟਣ ਆਈ। ਰੋਜ਼ ਰੋਜ਼ ਬਹਾਨੇ ਨਾ ਬਣਾਇਆ ਕਰ, ਸਕੂਲ ਤਾਂ ਤੈਨੂੰ ਜਾਣਾ ਹੀ ਪਊਗਾ। ਰਹਿਣ ਦੋ, ਇੱਕ ਛੁੱਟੀ ਕਰਾ ਲਓ, ਮੈਂ ਘਰੇ ਝਾੜੂ ਪੋਚੇ ਭਾਂਡੇ ਰੋਟੀ ਵੀ ਬਣਾ ਦੂੰਗੀ। ਸਕੂਲ ਤੈਨੂੰ ਜਾਣਾ ਪਊਗਾ, ਮੈਨੂੰ ਮੈਡਮ ਜੀ ਨੇ ਕਹਿਣਾ ਤੂੰ ਅੱਜ ਫੇਰ ਹੋਮਵਰਕ ਨਹੀਂ ਕੀਤਾ। ਅੱਛਾ ਮੰਮੀ, ਤੁਸੀਂ ਇੱਦਾਂ ਕਰੋ, ਮੈਨੂੰ ਨਾ 5 ਰੁਪਏ ਦੇ ਦਿਓ, ਮੈਂ ਆਉਂਦੇ ਹੋਏ ਨਾ ਸਮੋਸੇ ਖਾ ਲੂੰਗੀ। ਬਾਰ ਬਾਰ ਦੀ ਰੋਜ਼ ਚੀਜ਼ ਨਾ ਖਾਇਆ ਕਰ, ਕਿੰਨੀ ਵਾਰ ਕਿਹਾ ਬਾਹਰ ਦੀ ਚੀਜ਼ ਨਾ ਖਾਇਆ ਕਰ, ਮੇਰੇ ਵਰਗੀ ਫਿੱਟ ਹੋ ਜਾਏਗੀ। ਮੇਰੀ ਮੰਮੀ ਨਾ ਅੱਜ ਮੇਰੀਆਂ ਸ਼ਿਕਾਇਤਾਂ ਸੁਣਨ ਵਾਸਤੇ ਇੱਥੇ ਆ ਗਈ। ਮੈਂ ਮੰਮੀ ਨੂੰ ਕਿਹਾ ਵੀ ਸੀ ਤੁਸੀਂ ਨਾ ਆਇਓ, ਮੈਨੂੰ ਇਕੱਲੀ ਨੂੰ ਜਾ ਲੈਣ ਦਿਓ, ਪਰ ਮੇਰੀ ਮੰਮੀ ਕਹਿੰਦੇ ਅੱਗੇ ਨਾ ਕਿ ਜੇ ਕਿਸੇ ਨੇ ਤੇਰੀ ਸ਼ਿਕਾਇਤ ਲਗਾਉਣੀ ਹੋਏਗੀ ਨਾ ਤਾਂ ਉਹ ਮੈਨੂੰ ਡਾਇਰੈਕਟ ਲਗਾ ਸਕਦਾ। ਇਹ ਕਿਹੜਾ ਪ੍ਰੋਗਰਾਮ ਸੀ ਉਹ ਦੀਦੀ ਦਾ, ਗੱਲਾਂ ਵਿਦ ਗੁਲਾਬੋ? ਅੱਜ ਅਸੀਂ ਦੋਨੋਂ ਮਾਵਾਂ ਧੀਆਂ ਇੱਥੇ ਆਈਆਂ, ਤੁਸੀਂ ਸਾਡੀ ਕੋਈ ਵੀ ਸ਼ਿਕਾਇਤ ਇੱਥੇ ਲਾ ਸਕਦੇ ਹੋ। ਕਾਲ ਕਰਕੇ ਲਾਈਵ 3472521232 ਮੈਨੇਜਰ ਸਕੂਲ। ਮੰਮੀ ਮੰਮੀ ਜੀ ਤੁਸੀਂ ਇੱਕ ਕੰਮ ਕਰੋ, ਤੁਸੀਂ ਨਾ ਇੱਦਾਂ ਕਰੋ, ਇਹ ਤਾਂ ਦੱਸ ਦਿਓ ਕਿ ਮੇਰੇ ਟਿਫਨ ਦੇ ਵਿੱਚ ਤੁਸੀਂ ਕੀ ਪਾਇਆ? ਆਲੂ ਦੇ ਪਰੌਂਠੇ ਪਾਏ ਆ। ਆਲੂ ਦੇ ਪਰੌਂਠੇ? ਮੰਮੀ ਮੈਂ ਤੁਹਾਨੂੰ ਕਿਹਾ ਸੀ ਮੈਂ ਬ੍ਰੈਡ ਜੈਮ ਲੈ ਕੇ ਜਾਣੀ ਹੈ। ਨਹੀਂ, ਤੈਨੂੰ ਆਲੂ ਦੇ ਪਰੌਂਠੇ ਹੀ ਖਾਣੇ ਪੈਣਗੇ। ਆਲੂ ਦੇ ਪਰੌਂਠੇ ਖਾਣੇ ਪੈਣਗੇ? ਦੱਸ, ਇਹ ਮੰਮੀ ਜਿੱਦਾਂ ਕਰਕੇ ਜ਼ਬਰਦਸਤੀ ਨਿਆਣਿਆਂ ਨੂੰ ਸਕੂਲੀ ਤੋਰ ਦਿੰਦੀਆਂ ਨੇ, ਕੋਈ ਆਲੂ ਦੇ ਪਰੌਂਠੇ ਖਾਂਦਾ ਅੱਜ ਸਕੂਲਾਂ 'ਚ ਅੱਜ ਕੱਲ੍ਹ ਦੇ ਜ਼ਮਾਨੇ 'ਚ? ਮੰਮੀ ਅੱਛਾ ਮੈਨੂੰ ਇੱਕ ਗੱਲ ਤਾਂ ਸੁਣੋ, ਤੁਸੀਂ ਪੇਰੈਂਟ ਟੀਚਰ ਮੀਟਿੰਗ 'ਤੇ ਨਾ ਆਇਓ। ਕਿਉਂ ਨਾ ਆਵਾਂ? ਮੈਡਮ ਜੀ ਕਹਿੰਦੇ ਸੀ ਰਹਿਣ ਦੋ, ਰਹਿਣ ਦੇ, ਤੇਰੀ ਮੰਮੀ ਨਾ ਹੀ ਆਵੇ ਤੇ ਚੰਗਾ। ਨਹੀਂ ਤੈਨ, ਮੈਂ ਤਾਂ ਜਾਵਾਂਗੀ ਜਾਵਾਂਗੀ। ਹਾਏ ਰੱਬਾ, ਜੇ ਤੁਸੀਂ ਵੀ ਮੇਰੀ ਮੰਮੀ ਨੂੰ ਮੇਰੀ ਕੋਈ ਸ਼ਿਕਾਇਤ ਲੈਣਾ ਚਾਹੁੰਦੇ ਹੋ ਤਾਂ 3472521232 'ਤੇ ਫੋਨ ਕਰ ਸਕਦੇ ਹੋ। ਅਤੇ ਨਾ ਮੈਨੂੰ ਜੀਤੂ ਅੰਕਲ ਜੀ ਰਿਕਸ਼ੇ ਵਾਲੇ ਕਦੋਂ ਲੈਣ ਆਉਣਗੇ? ਮੰਮੀ ਟਾਈਮ 'ਤੇ ਹੀ ਆਉਣਗੇ। ਟਾਈਮ 'ਤੇ? ਤੁਸੀਂ ਮੈਨੂੰ ਆਪਣੀ ਲੂਣਾਂ 'ਤੇ ਛੱਡ ਆਓ। ਨਹੀਂ ਤੂੰ ਰਿਕਸ਼ੇ 'ਤੇ ਹੀ ਜਾ। ਮੰਮੀ ਕਿਸੇ ਦਾ ਫੋਨ ਆਇਆ, ਹੈਲੋ। ਬਬਲੂ ਅੰਕਲ ਨੇ ਫੋਨ ਇੱਥੇ ਲਾਇਆ ਸੀਗਾ, ਲੱਗਦਾ ਕੱਟ ਹੋ ਗਿਆ। ਕੋਈ ਗੱਲ ਨਹੀਂ, ਉਹਨਾਂ ਦਾ ਫੋਨ ਦੁਬਾਰਾ ਆ ਜਾਊਗਾ। ਮੰਮੀ ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਹਾਲ ਚਾਲ? ਅੱਜ ਬੇਬੀ ਬਣ ਕੇ ਬਹਿ ਗਈ ਹੈ? ਮੈਂ ਕਿਤੇ ਬੇਬੀ ਬਣ ਕੇ ਬਹਿ ਗਈ, ਮੈਂ ਤਾਂ ਛੋਟੀ ਹੈਗੀ ਹਾਂ, ਮੈਂ ਤਾਂ ਹਲੇ ਨਾ ਪੰਜਵੀਂ ਕਲਾਸ 'ਚ ਹੈਗੀ ਹਾਂ। ਤੂੰ ਦੋ ਗੁੱਤਾਂ ਕਰਾ ਲਈਆਂ? ਦੋ ਗੁੱਤਾਂ? ਮੰਮੀ ਮੈਨੂੰ, ਮੈਂ ਕਿਹਾ ਵੀ ਸੀ ਮੈਨੂੰ ਇੱਕ ਗੁੱਤ ਕਰਕੇ ਸਕੂਲੇ ਭੇਜੋ, ਮੈਨੂੰ ਦੋ ਗੁੱਤਾਂ ਕਰਕੇ ਭੇਜਦੇ ਆ। ਚੱਲ ਕੋਈ ਨਹੀਂ, ਜਿਵੇਂ ਮੰਮੀ ਕਹਿੰਦੀ ਉਵੇਂ ਕਰ ਲੈ। ਮੰਮੀ ਆ ਦੇਖ ਫੋਨ ਆ ਗਿਆ ਆਂਟੀ ਦਾ, ਹੈਲੋ ਕਰ ਲਓ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਆਖਿਆ ਗੁਲਾਬੋ ਨੂੰ ਸਕੂਲ ਜਾਣਾ, ਮੰਮੀ ਨੇ ਏਡੀਆਂ ਸੋਹਣੀਆਂ ਗੁੱਤਾਂ ਕੀਤੀਆਂ, ਗੁਲਾਬੋ ਸੋਹਣੀ ਲੱਗਦੀ ਹੈ। ਸੋਹਣੀ ਕਿੱਥੋਂ ਲੱਗਦੀ? ਸੋਹਣੀ ਲੱਗਣੀ ਬੇਟੇ, ਜਿਵੇਂ ਮੰਮੀ ਕਵੇ ਨਾ, ਮੰਮੀ ਕਰੇ ਉਵੇਂ ਕਰਨਾ ਚਾਹੀਦਾ। ਆ ਬਾਹਰਲੇ ਮੁਲਕਾਂ 'ਚ ਥੋੜੀ ਮੰਮੀਆਂ ਤਿਆਰ ਕਰਕੇ ਭੇਜਦੀਆਂ, ਸਾਰੇ ਨਿਆਣੇ ਆਪੇ ਜਾਂਦੇ ਹੁੰਦੇ ਨੇ ਆਪਣੀ ਮਰਜ਼ੀ ਦੇ ਕੱਪੜੇ ਪਾ ਕੇ। ਇਹ ਮੈਨੂੰ ਬੜਾ ਤੰਗ ਕਰਦੀ ਹੈ ਨਾ, ਤੁਹਾਨੂੰ ਵੀ ਤੰਗ ਕਰਦੀ ਹੈ? ਨਹੀਂ ਨਹੀਂ ਨਹੀਂ, ਸਾਨੂੰ ਤਾਂ ਕੋਈ ਨਹੀਂ ਕਰਦੀ ਤੰਗ, ਪਰ ਬੇਟੇ ਇੱਥੇ ਵੀ ਛੋਟੇ ਬੱਚਿਆਂ ਨੂੰ ਮੰਮੀਆਂ ਹੀ ਤਿਆਰ ਕਰਕੇ ਘੱਲਦੀਆਂ ਹੁੰਦੀਆਂ ਨੇ ਸਕੂਲੇ। ਪਰ ਦੇਖੋ ਮੇਰੀ ਮੰਮੀ ਤਾਂ ਰੋਜ਼ ਮੇਰੇ ਟਿਫਨ ਦੇ ਵਿੱਚ ਆਲੂ ਦੇ ਪਰੌਂਠੇ ਪਾ ਦਿੰਦੀ, ਮੈਂ ਤਾਂ ਬ੍ਰੈਡ ਜੈਮ ਲੈ ਕੇ ਜਾਣੀ ਸੀ। ਲੈ, ਪਰੌਂਠੇ ਨਾਲ ਕੋਈ ਬ੍ਰੈਡ ਬਹੁਤ ਚੰਗੇ ਨੇ ਫਿਰ? ਮੰਮੀ ਤਾਂ ਮੰਮੀ ਨੂੰ ਪਿਆਰ, ਜਿੰਨਾ ਮੰਮੀਆਂ ਤਿਆਰ ਦਰਦ ਕਰਨਗੀਆਂ, ਪਿਆਰ ਕਰਨਗੀਆਂ, ਸੋਹਣਾ ਖਾਣ ਨੂੰ ਦੇਣਗੀਆਂ, ਕੌਣ ਦਿੰਦਾ? ਹੋਰ ਦੱਸ, ਮੈਨੂੰ ਦੇਵੇਗਾ ਕੋਈ? ਦਊਗਾ ਤਾਂ ਕੋਈ ਨੀ, ਪਰ ਏਦਾਂ ਦਾ ਮਾਰਦਾ ਵੀ ਤਾਂ ਕੋਈ ਨੀ। ਕੋਈ ਨੀ ਮਾਰਿਆ, ਕੁਛ ਨੀ ਹੁੰਦਾ, ਮੰਮੀ ਇੰਨਾ ਕਰਦੇ ਹੁੰਦੇ ਨੇ। ਕਦੋਂ ਮਾਰਿਆ? ਰੋਣਾ ਨੀ, ਚੁੱਪ ਕਰ, ਸਕੂਲ ਜਾਣ ਲੱਗਿਆ ਨੀ ਰੋਈਦਾ। ਪਹਿਲੇ ਚੰਡ ਮਾਰ ਕੇ ਮੰਮੀ ਕਹਿੰਦੇ ਕਦੋਂ ਮਾਰਿਆ? ਨਹੀਂ ਕੋਈ ਨੀ ਮਾਰਿਆ, ਕੋਈ ਨੀ ਮਾਰਿਆ ਪੁੱਤਰ, ਸਕੂਲ ਜਾਣ ਲੱਗਿਆ ਬੇਟੇ ਨਹੀਂ ਰੋਈਦਾ, ਸਕੂਲ ਹੱਸ ਕੇ ਜਾਈਦਾ, ਸਿਆਣੇ ਬਣ ਕੇ ਜਾਈਦਾ, ਰੋਣਾ ਨਹੀਂ। ਮੰਮੀ ਦਾ ਮਾੜਾ ਮੋਟਾ ਤੈਨੂੰ ਪਿਆਰ ਨਾਲ ਕਹਿੰਦੀ ਪਈ ਏ, ਪਿਆਰ ਨਾਲ ਕਹਿ ਰਹੀ ਏ। ਮੈਂ ਮੈਥ ਦਾ ਹੋਮਵਰਕ ਨਹੀਂ ਕੀਤਾ, ਤੁਸੀਂ ਕਹਿ ਕੇ ਮੇਰੀ ਛੁੱਟੀ ਕਰਾ ਦੋ। ਨਾ ਬੇਟੇ, ਜੇ ਨਹੀਂ ਕੀਤਾ ਟੀਚਰ ਕੋਲ ਜਾ ਕੇ ਕਹਿ ਦੀ, ਮੈਂ ਕੱਲ ਨੂੰ ਕਰਕੇ ਲੈ ਆਵਾਂਗੀ। ਕੱਲ ਨੂੰ ਵਾਲੀ ਮੈਡਮ ਹੈ ਨਹੀਂ ਸਾਡੀ, ਪਤਾ ਗਿਣ ਗਿਣ ਕੇ ਡੰਡੇ ਮਾਰਦੀ ਹੈ। ਨਹੀਂ ਕੋਈ ਨੀ ਮਾਰਦੀਆਂ, ਤੂੰ ਕਹਿ ਦੀ ਵੀ ਸੋਰੀ ਮੈਂ ਨਹੀਂ ਹੋਮਵਰਕ ਕਰ ਸਕੀ ਤੇ ਮੈਂ ਕੱਲ ਕਰ ਲਾਂਗੀ। ਚੰਗਾ ਹੀ ਕੀਤਾ ਆਂਟੀਆਂ ਵੀ ਸਾਰੀ ਮੰਮੀ ਦੇ ਵੱਲ ਹੋ ਗਈਆਂ। ਦੱਸ ਕੋਈ ਗੱਲ? ਨਹੀਂ ਪੁੱਤਰ, ਮੰਮੀ ਵੱਲ ਨਹੀਂ ਕਰਦੀ ਮੈਂ, ਮੰਮੀ ਤੇਰੇ ਵੱਲ ਵੀ ਕਰ ਰਹੀ।
ਤੇਰੇ ਵੱਲ ਵੀ ਕਰ ਰਹੀ ਆ ਨਾ, ਤੇਰੀ ਗੱਲ ਵੀ ਕਰ ਰਹੀ ਆ ਵੀ ਚੱਲ ਕੋਈ ਨੀ ਸਕੂਲ ਜਾਣਾ, ਹੱਸ ਕੇ ਜਾ ਕੇ ਸੋਰੀ ਕਰਦੀ ਮੈਡਮ ਨੂੰ ਵੀ ਮੈਂ ਕੱਲ ਕਰਕੇ ਲਿਆਉਂਗੀ, ਠੀਕ ਹੈ, ਤੇ ਅੱਜ ਮੈਂ ਨੀ ਕਰ ਸਕਦੀ। ਆਂਟੀ ਜੀ ਮੈਨੂੰ ਨਾ ਕਿਸੇ ਹੋਰ ਆਂਟੀ ਅੰਕਲ ਜੀ ਦਾ ਫੋਨ ਆਇਆ, ਮੈਂ ਗੱਲ ਕਰ ਲਾ। ਹੈਲੋ, ਕਰ ਲਾ ਪੁੱਤਰ ਕਰ ਲਾ ਕਰ। ਹੈਲੋ, ਤੂੰ ਵਰਗੇ ਕੋਈ ਆਂਟੀ ਅੰਕਲ ਹੈ ਝੂਠ ਬੋਲੇਗਾ ਮੈਨੂੰ ਫੋਨ ਫੜਾ ਦਿੰਦੇ, ਝੂਠੇ ਮੂਠੇ ਜੇ ਨਾ ਤੇ ਕੀਤੇ ਤੇ ਤੁਸੀਂ ਵੀ ਸਾਰੇ ਝੂਠੇ ਹੋ। ਹਾਂ ਕੋਈ ਗੱਲ ਨੀ, ਚਲੋ ਇੱਕ ਗੱਲ ਹੋਰ ਮੰਮੀ ਜੀ, ਇਹ ਮੈਨੂੰ ਇੱਕ ਗੱਲ ਦੱਸੋ, ਜਦੋਂ ਤੁਸੀਂ ਸਕੂਲੇ ਪੜ੍ਹਨ ਜਾਂਦੇ ਹੁੰਦੇ ਸੀ ਤੁਹਾਨੂੰ ਵੀ ਮੈਡਮਾਂ ਮਾਰਦੀਆਂ ਸੀ? ਮਾਰਦੀਆਂ ਨਹੀਂ ਸੀ, ਕੰਮ ਕਰਕੇ ਨਹੀਂ ਜਾਵਾਂਗੇ ਤਾਂ ਮਾਰੇਗੀ ਮੈਡਮ। ਅੱਛਾ, ਇਹਦਾ ਮਤਲਬ ਤੁਸੀਂ ਵੀ ਕੰਮ ਨਹੀਂ ਕਰਕੇ ਜਾਂਦੇ ਸੀ? ਮੈਂ ਤਾਂ ਕਰਕੇ ਜਾਂਦੀ ਸੀ, ਤੈਨੂੰ ਹੀ ਕੀ ਲੋੜ ਪੈ ਗਈ ਹੈ ਜਿਹੜੇ ਕੰਮ ਨਹੀਂ ਕਰਦੀ, ਖੇਲਣ ਨੂੰ ਪੈ ਜਾਂਦੀ ਹੈ ਸਾਰਾ ਦਿਨ। ਮੰਮੀ ਮੈਂ ਕੀ ਕਰਾਂ ਹੁਣ, ਮੇਰੀਆਂ ਸਹੇਲੀਆਂ ਇੰਨੀਆਂ ਸਾਰੀਆਂ ਪਿੰਡ ਦੀਆਂ ਸਾਰੀਆਂ ਖੇਡਦੀਆਂ, ਮੈਂ ਵੀ ਖੇਡ ਲੈਂਦੀ ਹਾਂ, ਨਾਲੇ ਮੈਨੂੰ ਕਿਹੜਾ ਕੋਈ ਬਹੁਤਾ ਟਾਈਮ ਹੋਇਆ ਪੰਜਵੀਂ 'ਚ ਸੱਤ ਵਾਰੀ ਬੈਠਣ ਨਾਲ, ਕੋਈ ਗਲਤੀ ਹੋ ਗਈ ਮੇਰੇ ਤੋਂ? ਤੂੰ ਹਰ ਕਲਾਸ ਹੀ ਦੋ ਦੋ ਵਾਰ ਬੈਠੀ ਹੈ, ਪੰਜਵੀਂ ਦੀ ਗੱਲ ਨਹੀਂ ਹੈ, ਪੰਜਵੀਂ 'ਚ ਪੰਜ ਵਾਰ ਫੇਲ ਹੋ ਗਈ। ਕੋਈ ਗੱਲ ਨਹੀਂ ਮੰਮੀ, ਐਤਕੀ ਵਾਰ ਮੈਂ ਤੁਹਾਨੂੰ ਪਾਸ ਹੋ ਕੇ ਦਿਖਾਉਂਗੀ, ਪੱਕਾ ਮੈਨੂੰ ਤੁਹਾਡੇ ਸਿਰ ਦੀ ਸੂਹ ਲੱਗੇ ਮੰਮੀ ਜੀ, ਮੈਂ ਐਤਕੀ ਵਾਰ ਪੱਕਾ ਪਾਸ ਹੋ ਕੇ ਦਿਖਾਉਂਗੀ। ਮੰਮੀ ਫੋਨ ਆਇਆ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ? ਅਸੀਂ ਅਮਰੀਕਾ ਤੋਂ ਬੋਲ ਰਹੇ ਹਾਂ, ਬਲਿਹਾਰ ਸਿੰਘ ਬੋਲਦਾ ਮੈਂ, ਕੈਲੀਫੋਰਨੀਆ ਤੋਂ। ਤੁਸੀਂ ਤਾਂ ਉਹਦੇ ਡੈਡੀ ਬੋਲਦੇ ਪਏ ਹੋ ਨਾ ਜਿਹੜੀ ਮੇਰੀ ਕਲਾਸ 'ਚ ਪੜ੍ਹਦੀ ਆ, ਉਹ ਪ੍ਰੀਤੀ ਹੈ? ਦੇਖੀ ਪ੍ਰੀਤੀ ਦੇ ਡੈਡੀ ਨੇ ਨਾ ਮੇਰੀ ਮੰਮੀ ਨਾਲ ਸਿੱਧੀ ਨਾਲ ਗੱਲ ਕਰਨੀ ਹੋਏ। ਹਾਂ ਅੱਛਾ ਕੋਈ ਗੱਲ ਨਹੀਂ, ਚਲੋ ਤੁਸੀਂ ਸਾਰੇ ਫੋਨ ਕਰ ਸਕਦੇ ਹੋ ਮੰਮੀ ਦੇ ਨਾਲ ਗੱਲ ਕਰਨ ਲਈ, ਮੰਮੀ ਉੱਥੇ ਲੱਗਾ ਉਹ ਉੱਧਰ ਗੱਲ ਕਰ ਲਓ। ਹੈਲੋ ਹੈਲੋ ਹੈਲੋ, ਹਾਂਜੀ ਕੌਣ ਬੋਲ ਰਿਹਾ? ਉੱਪਰ ਦੇਖ ਕੇ ਗੱਲ ਕਰੋ ਮੰਮੀ ਉਹਨਾਂ ਨਾਲ ਆਪੇ। ਹੁਣ ਕੌਣ ਬੋਲ ਰਿਹਾ? ਗੁਲਾਬੋ। ਹਾਂਜੀ ਆਂਟੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੱਤੀ, ਗੁਲਾਬੋ ਦੀ ਮੰਮੀ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਂਟੀ ਜੀ ਦੇਖੋ ਮੇਰੀ ਮੰਮੀ ਐਡੀ ਸਟ੍ਰਿਕਟ ਹੈ। ਮੰਮੀ ਮੈਨੂੰ ਕਹਿੰਦੇ ਤੇਰੇ ਭਲੇ ਦੀ ਵਾਸਤੇ ਤੈਨੂੰ ਤੇਰਾ ਭਲਾ ਹੀ ਕਰਦੀ ਹੈ, ਮੰਮੀ ਕਿਹੜਾ ਮਾੜਾ ਸੋਚਦੀ ਹੈ। ਤੇ ਭਲਾ ਕਦੇ ਕਰਦੀ, ਜਿਵੇਂ ਮੈਂ ਕਿਹਾ ਮੰਮੀ ਮੈਨੂੰ 5 ਰੁਪਏ ਦੇ ਦਿਓ, ਮੈਂ ਸਕੂਲ ਤੋਂ ਆਉਂਦੇ ਹੋਏ ਮੁੱਛੜ ਦੇ ਸਮੋਸੇ ਖਾਣੇ ਆ, ਇਹਨਾਂ ਨੇ ਮੈਨੂੰ 5 ਰੁਪਏ ਨਹੀਂ ਦਿੱਤੇ, ਕਹਿੰਦੇ ਨਾ ਖਾਇਆ ਕਰ ਬਾਹਰਲੀਆਂ ਚੀਜ਼ਾਂ, ਮੇਰੇ ਵਰਗੀ ਫਿੱਟ ਹੋ ਜੂ। ਦੱਸੋ ਮੰਮੀ ਕਿੱਥੇ ਫਿੱਟ ਹੈ? ਮੰਮੀ ਨੇ ਤਾਂ ਟੈਨਸ਼ਨਾਂ ਦੇ ਵਿੱਚ ਵਿਚਾਰੀ ਨੂੰ ਐਂ ਬਿਠਾਤਾ ਵਾ, ਤੂੰ ਤਾਂ ਸਕੂਲੇ ਨਹੀਂ ਜਾ, ਮੰਮੀ ਨੇ ਦਿਮਾਗ 'ਤੇ ਟੈਨਸ਼ਨ ਬਹੁਤ ਲਈ ਹੈ। ਹੈ ਮੰਮੀ, ਹੱਸ ਕੇ ਨਹੀਂ ਕਹਿ ਸਕਦੀ ਮੰਮੀ ਨਾ ਮੇਰੇ ਨਾਲ ਹੱਸਦੀ ਹੈ ਨਾ ਕਿਸੇ ਹੋਰ ਨਾਲ ਹੱਸ ਸਕਦੀ, ਮੇਰੀ ਮੰਮੀ ਆਈ ਰਹਿੰਦੀ ਸੁੱਜੀ ਹੋਈ। ਸਹੀ ਗੱਲ ਆ, ਹੋਰ ਕਿਆ। ਨਹੀਂ ਮੰਮੀ ਨੂੰ ਕਹਿ ਮਾੜਾ ਜਿਹਾ ਹੱਸੇ, ਮਾੜਾ ਜਿਹਾ ਸਮਾਈਲ ਤਾਂ ਦੇਵੇ। ਹਾਂ ਸਮਾਈਲ ਤਾਂ ਦੇ ਦੋ, ਹੁਣ ਤਾਂ ਆਂਟੀ ਨੇ ਸਮਾਈਲ ਕਰਨ ਨੂੰ ਕਿਹਾ ਹੈ, ਨਾਲੇ ਅੰਕਲ ਜੀ ਵੀ ਸਮਾਈਲ ਦੇ ਰਹੀ ਆ। ਦੇ ਰਹੀ ਆ ਬੇਟਾ, ਬੇਟਾ ਦੇ ਰਹੀ ਆ ਸਮਾਈਲ। ਨਾਲੇ ਆਂਟੀ ਜੀ ਮੇਰੀ ਗੱਲ ਸੁਣੋ, ਆ ਪਹਿਲੇ ਟਾਈਮ ਦੇ ਵਿੱਚ ਤਾਂ ਸਾਰੇ ਸਕੂਲਾਂ ਦੇ ਵਿੱਚ ਜਿਹੜੀ ਹੁੰਦੀਆਂ ਸੀ, ਮੇਰੀ ਮੰਮੀ ਕਹਿੰਦੀ ਅਸੀਂ ਦੋ ਗੁੱਤਾਂ ਕਰਕੇ ਜਾਂਦੀਆਂ ਸੀ, ਮੈਂ ਤੇ ਅੱਜ ਦੇ ਜ਼ਮਾਨੇ ਦੀ ਆ, ਮੈਨੂੰ ਕਿਉਂ ਦੋ ਗੁੱਤਾਂ ਕੀਤੀਆਂ? ਨਹੀਂ ਅਜੇ ਵੀ ਦੋ ਗੁੱਤਾਂ ਬਹੁਤ ਰੀਝ ਨਾਲ, ਅਸੀਂ ਵੀ ਦੋ ਗੁੱਤਾਂ ਕਰਦੇ ਹੁੰਦੇ ਸੀ ਤੁਹਾਡੇ ਟਾਈਮ ਚ ਕਰਦੇ ਸੀ। ਆਂਟੀ ਨਾਲ ਗੱਲ ਕਰੋ, ਮੈਨੂੰ ਕਿ ਦੇਖ ਜੰਨੇ ਹੋ। ਅਸੀਂ ਕੇਲੇ ਵਾਲੀਆਂ ਗੁੱਤਾਂ ਕਰੀਦੀਆਂ ਸੀ ਐ, ਤੇ ਫੁੱਲ ਬੰਨੀਦਾ ਸੀ। ਹਾਂ ਦੇਖੋ ਮੇਰੇ ਵੀ ਕਰੇਲੇ ਕੀਤੇ, ਮੇਰੇ ਵਾਲ ਕਟਾ ਕਟਾ ਕੇ ਛੋਟੇ ਹੋ ਗਏ, ਨਹੀਂ ਤਾਂ ਮੈਂ ਵੀ ਕਰੇਲੇ ਦੋ ਏਡੇ ਵੱਡੇ ਵੱਡੇ ਕਰਕੇ ਜਾਂਦੀ ਸੀ। ਮੈਂ ਤਾਂ ਚੋਰੀ ਜਾ ਕੇ ਵਾਲ ਕਟਾ ਆਈ ਸੀ। ਚੁੱਪ ਚੁੱਪ ਆਂਟੀ, ਚੁੱਪ ਚੁੱਪ ਚੁੱਪ। ਹਾਂ ਮੰਮੀ ਨੇ ਵਾਲ ਕੱਟੇ ਮੇਰੇ। ਮੈਂ ਕਦੋਂ ਤੇਰੇ ਵਾਲ ਕੱਟੇ ਆ ਆਂਟੀ? ਹੈਲੋ ਆਂਟੀ ਦੀ ਵੀ ਆਵਾਜ਼ ਆਉਣੀ ਬੰਦ ਹੋ ਗਈ, ਇੱਕ ਤਾਂ ਨਾ ਇਹਨਾਂ ਦੇ ਫੋਨ ਦੀ ਲਾਈਨ ਦੇ ਵਿੱਚ ਮੈਨੂੰ ਕੋਈ ਤਕਲੀਫ ਲੱਗਦੀ ਆ। ਖੈਰ ਕੋਈ ਗੱਲ ਨਹੀਂ, ਅਗਲਾ ਫੋਨ। ਹੈਲੋ ਹੈਲੋ, ਮੈਨੂੰ ਆਵਾਜ਼ ਨਹੀਂ ਆਉਂਦੀ ਪਈ। ਹਾਂਜੀ ਆਂਟੀ, ਮੈਂ ਤਾਂ ਬੋਲਦੀ ਪਈ ਹਾਂ, ਤੁਹਾਡੀ ਨਹੀਂ ਆਵਾਜ਼ ਆਉਂਦੀ ਪਈ ਮੈਨੂੰ। ਅੱਜ ਫੋਨ ਡਰਦਾ ਪਿਆ, ਤੂੰ ਰੁੰਦ ਪਈ ਨਾ ਤਾਂ ਕਰਕੇ ਫੋਨ ਵੀ ਡਰ ਗਿਆ ਤੇਰਾ। ਹਾਏ ਆਂਟੀ, ਮੈਨੂੰ ਇੱਕ ਗੱਲ ਤਾਂ ਦੱਸੋ ਕਿ ਨਾ ਜਦੋਂ ਤੁਸੀਂ ਸਕੂਲੇ ਜਾਂਦੇ ਹੁੰਦੇ ਸੀਗੇ ਤੇ ਉਦੋਂ ਤੁਹਾਨੂੰ ਥੱਲੇ ਬੈਠ ਕੇ ਪੜਾਉਂਦੇ ਹੁੰਦੇ ਸੀਗੇ ਕਿ ਟੇਬਲਾਂ ਦੇ ਉੱਤੇ? ਨਹੀਂ ਟਾਟ ਵਿਛਾਉਂਦੇ ਹੁੰਦੇ ਸੀ, ਟਾਟ ਹੁੰਦੇ ਸੀ ਉਦੋਂ। ਮੇਰੀ ਮੰਮੀ ਤਾਂ ਮੈਨੂੰ ਘਰੇ ਵੀ ਟਾਟ ਵਿਛਾ ਕੇ ਬਿਠਾ ਦਿੰਦੀ ਹੈ। ਤੇ ਚੱਲ ਕੋਈ ਗੱਲ ਨਹੀਂ। ਤੁਸੀਂ ਕਹਿੰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਹੀ ਚਲੀ ਜਾਵਾਂ, ਮੇਰੇ ਲਈ ਪਤਾ ਕਿੰਨਾ ਔਖਾ ਹੋਇਆ ਪਿਆ, ਮੈਂ ਨਹੀਂ ਜਾਣਾ ਸਕੂਲ, ਬਸ ਮੇਰੀ ਛੁੱਟੀ ਕਰਾ। ਮੇਰੀ ਗੱਲ ਸੁਣ, ਜੇ ਤੂੰ ਹੀ ਆਪਣੀਆਂ ਈਦਾਂ ਮਨਾਉਣੀ ਮੰਮੀ ਨੂੰ, ਮੰਮੀ ਦੀ ਵੀ ਮੰਨ ਲੈਣਾ। ਮੰਮੀ ਜੀ ਮੈਂ ਸਾਰੀਆਂ ਗੱਲਾਂ ਮੰਨਦੀ ਹੁੰਦੀ ਆ, ਜਦੋਂ ਮੰਮੀ ਕਹਿੰਦੇ ਕੁਝ ਖਾ ਲੈ ਮੈਂ ਉਸੇ ਟਾਈਮ ਖਾ ਲੈਣੀ ਆ, ਜਦੋਂ ਕਹਿੰਦੇ ਆ ਕੁਝ ਪੀ ਲਾ ਮੈਂ ਉਸੇ ਟਾਈਮ ਪੀ ਜਾਨੀ ਆ। ਤੇ ਆਲੂ ਵਾਲੇ ਪਰੌਂਠੇ ਕਦੋਂ ਖਾਣੇ? ਮੰਮੀ ਖਾ ਲਾ ਪਰੌਂਠੇ। ਨਹੀਂ ਸਕੂਲੇ ਜਾ ਕੇ ਲੰਚ ਟਾਈਮ ਖਾ ਲਈ।
ਲੰਚ ਟਾਈਮ ਖਾ ਲਈ ਮੰਮੀ ਕਹਿੰਦੀ ਪਹਿਲੇ ਨਾ ਟਿਫਨ ਖੋਲ ਕੇ ਬੈਠ ਜਾਈਂ ਮੰਮੀ ਕਹਿੰਦੀ ਮੰਮੀ ਕਹਿੰਦੇ ਕਿ ਨਾ ਸਕੂਲੇ ਨਾ ਸਕੂਲ ਟਾਈਮ ਦੇ ਵਿੱਚ ਜਾ ਕੇ ਲੰਚ ਕਰੀ ਪਰ ਮੈਂ ਇੱਕ ਵਾਰੀ ਦੇਖ ਤਾ ਲਾ ਮੇਰੀ ਮੰਮੀ ਨੇ ਕਿੰਨੇ ਪਰੌਂਠੇ ਪਾਏ ਆ ਚਾਰ ਤਾਂ ਪਾਏ ਹੋਣੇ ਆ ਮੈਂ ਜਰਾ ਇੱਕ ਵਾਰੀ ਤੁਸੀਂ ਸਾਰੇ ਲੈ ਲਓ ਬ੍ਰੇਕ ਅਤੇ ਮੈਂ ਜਰਾ ਚੈੱਕ ਕਰਦੀ ਹਾਂ ਕਿ ਮੇਰੇ ਟਿਫਨ ਦੇ ਵਿੱਚ ਕਿੰਨੇ ਪਰੌਂਠੇ ਆ ਬ੍ਰੇਕ ਲੈ ਲਓ ਬ੍ਰੇਕ ਕਾਪੀ ਤਾਂ ਦਿਖਾਉਣੀਆਂ ਪੈਣੀਆਂ ਮੰਮੀ ਆਹ ਦੇਖੋ ਮੇਰਾ ਅੰਗਰੇਜ਼ੀ ਦਾ ਟੈਸਟ ਹੋਇਆ ਸੀਗਾ ਇਹ ਆ ਦੇਖੋ 10 ਚ 2 ਨੰਬਰ ਕਦੀ ਪੜ੍ਹ ਵੀ ਲਿਆ ਕਰ 2 ਨੰਬਰ ਆਏ ਤਾਂ ਹੈਗੇ ਹੋਰ ਕਿੰਨਾ ਪੜਿਆ ਕਰਾ ਦੱਸ ਮੰਮੀ ਉਹ ਵੀ ਅੰਗਰੇਜ਼ੀ ਸਾਰਾ ਦਿਨ ਬੰਟੇ ਖੇਲਦੀ ਰਹਿੰਦੀ ਹੈ ਸਾਰਾ ਦਿਨ ਬੰਟੇ ਖੇਲਦੀ ਰਹਿੰਦੀ ਹੈ ਕਮ ਸੇ ਕਮ ਥੋੜੀ ਦੇਰ ਪੜ੍ਹ ਕੇ ਲਿਆ ਕਰ ਪੜ੍ਹ ਲਿਆ ਕਰ 10 ਦੇ ਵਿੱਚੋਂ 2 ਨੰਬਰ ਲੈ ਕੇ ਆ ਗਈ ਹੋਰ ਕਿੰਨੇ ਲੈ ਕੇ ਆਵਾਂ ਫੋਨ ਆਇਆ ਪਿਆ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਂਟੀ ਮੇਰੀ ਛੁੱਟੀ ਕਰਾ ਦਿਓ ਮੰਮੀ ਨਹੀਂ ਬੇਟਾ ਛੁੱਟੀ ਨਹੀਂ ਕਰੀ ਹੁੰਦੀ ਸਕੂਲਾਂ ਦੇ ਵਿੱਚੋਂ ਹੁਣ ਅਸੀਂ ਜਦੋਂ ਅਸੀਂ ਪੜ੍ਹਦੇ ਸੀ ਨਾ ਅਸੀਂ ਕਦੀ ਸਕੂਲੋਂ ਛੁੱਟੀ ਨਹੀਂ ਸੀ ਕੀਤੀ ਇੰਨਾ ਪੜ੍ਹਦੇ ਸੀ ਇੰਨਾ ਹੁਸ਼ਿਆਰ ਸੀਗੇ ਨੰਬਰ ਸਾਡੇ 10 ਦੇ ਵਿੱਚੋਂ 10-10 ਆਉਂਦੇ ਹੁੰਦੇ ਸੀਗੇ ਤੁਸੀਂ ਵੀ ਇੱਦਾਂ ਕਰਿਆ ਕਰੋ ਸਕੂਲੋਂ ਛੁੱਟੀ ਨਹੀਂ ਕਰੀ ਦਿੰਦੀ ਚੰਗੇ ਬੱਚੇ ਜਿਹੜੇ ਹੁੰਦੇ ਨਾ ਉਹਨਾਂ ਉਹ ਮੰਮੀ ਡੈਡੀ ਨੂੰ ਸੁਣਦੇ ਹੁੰਦੇ ਆ ਜਿੱਦਾਂ ਮੰਮੀ ਡੈਡੀ ਕਹਿੰਦੇ ਉੱਦਾਂ ਕਰਿਆ ਕਰੋ ਇਹ ਕਿਹੜਾ ਆਪਣੀ ਸੱਸ ਦੀ ਗੱਲ ਮੰਨਦੇ ਜੋ ਮੈਂ ਇਹਨਾਂ ਦੀ ਗੱਲ ਮੰਨਿਆ ਕਰਾਂ ਚੰਗੀਆਂ ਗੱਲਾਂ ਦੱਸਦੇ ਆ ਤਾਂ ਆਪਾਂ ਨੂੰ ਫਾਇਦਾ ਹੁੰਦਾ ਉਹਨਾਂ ਦਾ ਸੁਣਨ ਦਾ ਨਾ ਮੇਰੇ ਬੱਚੇ ਹਮੇਸ਼ਾ ਮੇਰੀ ਗੱਲ ਸੁਣਦੇ ਆ ਮੇਰੇ ਬੱਚੇ ਇੰਨੇ ਵੱਡੇ ਹੋ ਗਏ ਆ ਉਹਨਾਂ ਨੇ ਕਦੀ ਅੱਗੇ ਅੱਜ ਤੱਕ ਕਦੀ ਅੱਗੇ ਜਵਾਬ ਨਹੀਂ ਦਿੱਤਾ ਬਹੁਤ ਸੋਹਣੀ ਗੱਲ ਕਰਦੇ ਆ ਆਪਣਾ ਫਰਜ਼ ਹੁੰਦਾ ਮਾਂ ਪੇ ਦੀ ਗੱਲ ਸੁਣਨਾ ਚੰਗੇ ਬੱਚੇ ਚੰਗੀਆਂ ਗੱਲਾਂ ਸਿੱਖਦੇ ਹੁੰਦੇ ਆ ਮਾਂ ਪੇ ਦੇ ਕੋਲ ਮੰਮੀ ਉਹਦਾ ਜਵਾਬ ਤਾਂ ਤੁਹਾਨੂੰ ਮੈਂ ਨਹੀਂ ਦਿੰਦੀ ਜਦੋਂ ਮੇਰੀ ਮੰਮੀ ਮੈਨੂੰ ਕਹਿੰਦੀ ਹੈ ਨਾ ਪਰੌਂਠੇ ਖਾ ਲਾ ਮੈਂ ਉਦੋਂ ਹੀ ਖਾ ਲੈਂਦੀ ਹਾਂ ਜਦੋਂ ਕਹਿੰਦੀ ਬਿਸਕੁਟ ਖਾ ਲਾ ਮੈਂ ਉਦੋਂ ਹੀ ਖਾ ਲੈਂਦੀ ਹਾਂ ਜਦੋਂ ਕਹਿੰਦੀ ਮੰਮੀ ਚਾਹ ਪੀ ਲਾ ਦੁੱਧ ਪੀ ਲਾ ਮੈਂ ਉਦੋਂ ਹੀ ਖਾ ਪੀ ਲੈਂਦੀ ਹਾਂ ਮੈਂ ਨਹੀਂ ਕਦੇ ਜਵਾਬ ਦਿੱਤਾ ਫਿਰ ਤਾਂ ਤੂੰ ਚੰਗੀ ਬੱਚੀ ਆ ਨਾ ਫਿਰ ਬਸ ਜਦੋਂ ਮੰਮੀ ਕਹਿੰਦੀ ਪੜ੍ਹ ਲਾ ਉਦੋਂ ਮੈਂ ਕਹਿੰਦੀ ਹੁੰਦੀ ਹਾਂ ਮੰਮੀ ਅੱਜ ਨਹੀਂ ਕੱਲ੍ਹ ਪੜ੍ਹੂੰਗੀ ਨਹੀਂ ਥੋੜ੍ਹਾ ਜਿਹਾ ਆਪਾਂ ਠੀਕ ਹੈ ਖੇਲਣਾ ਵੀ ਚਾਹੀਦਾ ਆ ਪਹਿਲਾਂ ਸਕੂਲੋਂ ਆ ਕੇ ਨਾ ਫਟਾਫਟ ਕੰਮ ਕਰ ਖਤਮ ਕਰ ਲਓ ਫਿਰ ਖੇਲਣ ਜਾਇਓ ਫਿਰ ਤੁਹਾਨੂੰ ਜ਼ਿਆਦਾ ਟਾਈਮ ਮਿਲ ਜਾਊਗਾ ਇਸ ਵਾਰ ਕੰਮ ਦੀ ਤੁਹਾਨੂੰ ਫਿਕਰ ਨਹੀਂ ਹੋਊਗੀ ਹੈ ਮੰਮੀ ਜੀ ਹਾਂਜੀ ਠੀਕ ਹੈ ਠੀਕ ਹੈ ਆਂਟੀ ਜੀ ਥੈਂਕ ਯੂ ਮੈਂ ਦਵਿੰਦਰ ਆਂਟੀ ਬੋਲਦੀ ਹਾਂ ਮੈਂ ਗੁਲਾਬੋ ਗੱਲ ਕਰਦੀ ਹੁੰਦੀ ਮੇਰੇ ਬਾਰੇ ਨਾ ਸਤਿ ਸ਼੍ਰੀ ਅਕਾਲ ਤੇ ਕਰ ਲਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਹਾਲ ਤੇ ਮੰਮੀ ਦਾ ਠੀਕ ਹੈ ਜਦੋਂ ਮੰਮੀ ਤੁਰਦੀ ਹੁੰਦੀ ਹੈ ਮੰਮੀ ਦੀ ਚਾਲ ਵੇਖਣ ਵਾਲੀ ਹੁੰਦੀ ਹੈ ਕੋਈ ਗੱਲ ਨਹੀਂ ਉਹ ਇੱਦਾਂ ਹੁੰਦਾ ਸਾਰਿਆਂ ਦਾ ਇਹ ਹਾਲ ਹੁੰਦਾ ਆ ਸਾਨੂੰ ਦੇਖ ਕੇ ਬੜਾ ਚੰਗਾ ਲੱਗਿਆ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਲੈ ਕੇ ਆਏ ਆ ਸਾਨੂੰ ਆਪਣਾ ਬਚਪਨ ਯਾਦ ਆ ਗਿਆ ਅੱਛਾ ਆਂਟੀ ਜੀ ਆਂਟੀ ਵੈਸੇ ਨਾ ਸਕੂਲਾਂ 'ਚ ਨਾ ਹੁਣ ਨਾ ਉੱਦਾਂ ਦੀ ਪੜ੍ਹਾਈ ਥੋੜ੍ਹੀ ਆ ਮੰਮੀ ਕਹਿੰਦੀ ਸਾਡੇ ਜ਼ਮਾਨੇ ਦੇ ਵਿੱਚ ਹੁੰਦੀ ਸੀ ਪੜ੍ਹਾਈਆਂ ਨਹੀਂ ਉਹ ਤਾਂ ਸਹੀ ਗੱਲ ਆ ਪਹਿਲਾਂ ਪਤਾ ਇੰਨੀ ਸਖਤ ਪੜ੍ਹਾਈ ਹੁੰਦੀ ਸੀ ਅਸੀਂ ਇੰਨਾ ਨੰਬਰ ਜਿੱਦਾਂ ਲੈ ਕੇ ਆਉਂਦੇ ਸੀ ਪੂਰੇ ਦੇ ਪੂਰੇ ਨੰਬਰ ਲੈ ਕੇ ਮੇਰਾ ਕਦੀ ਅੱਧਾ ਨੰਬਰ ਵੀ ਘੱਟ ਨਹੀਂ ਸੀ ਹੋਇਆ ਅੱਛਾ ਦੱਸ ਹਾਂ ਮੈਂ ਬਹੁਤ ਹੁਸ਼ਿਆਰ ਹੁੰਦੀ ਸੀ ਮੇਰਾ ਤਾਂ ਅੱਧਾ ਕੀ ਆ ਜਾਂਦਾ ਹੁੰਦਾ ਮੈਥ ਦੇ ਵਿੱਚ ਜੀ ਅੰਦਾ ਨਹੀਂ ਲਿਆਈਦਾ ਹੁੰਦਾ ਅੱਛਾ ਮੈਂ ਅੱਜ ਤੱਕ ਟੋਟਲ ਮੈਥ ਦੇ ਵਿੱਚ 7 ਨੰਬਰ ਲੈ ਕੇ ਆਈ ਆ ਕੋਈ ਗੱਲ ਹੈ ਤੁਸੀਂ 5 ਸਾਲ ਇੱਕ ਕਲਾਸ ਲਗਾਏ ਆ ਹਾਂਜੀ ਆਂਟੀ ਦਾਦੀ ਬਹੁਤ ਪਿਆਰ ਕਰਦੇ ਹੁੰਦੇ ਆ ਪਰ ਆਪਾਂ ਨੂੰ ਮੰਮੀ ਡੈਡੀ ਦੀ ਵੀ ਗੱਲ ਸੁਣਨੀ ਚਾਹੀਦੀ ਆ ਠੀਕ ਹੈ ਜੀ ਮੈਂ ਅੱਗੋਂ ਦੀ ਮੰਮੀ ਦੀ ਗੱਲ ਤਾਂ ਸਾਰੀ ਸੁਣਦੀ ਹਾਂ ਹੁਣ ਪੜ੍ਹਾਈ ਵੱਲ ਵੀ ਸੁਣ ਲੂੰਗੀ ਜੀ ਹਾਂ ਪੜ੍ਹਾਈ ਵੱਲ ਆਪਣਾ ਚੰਗੀ ਤਰ੍ਹਾਂ ਧਿਆਨ ਦੇਣਾ ਆ ਚੰਗੇ ਬੱਚੇ ਬਣਨਾ ਆ ਆਪਾਂ ਓਕੇ ਠੀਕ ਹੈ ਆਂਟੀ ਜੀ
देखो भी हुण पंजवी दे पंज साल हो गए, मैं सत साल हो गए, मैं सोचदी हां बस ऐतकी वारी साल में थानू पास हो के दिखा दूंगी, पक्का पास हो के दिखाऊंगी। पास हो के दिखाएंगी ना फिर मेरे नाल गल करी, और तो पहले गल करने की जरूरत नहीं हैगी, बस सिर्फ पढ़ना। मम्मी जी अच्छा मेरी गल सुन, देखो 2 घंटे मैं स्कूल तो आन तो बाद खेलूंगी, फिर 2 घंटे जब तुसी सो जाओगे उस तो बाद खेलूंगी, बस होर नहीं खेलदी। फिर मैं पढ़ने की जरूरत नहीं है, ट्यूशन लगे है, ट्यूशन जा पढ़ अपना पढ़। ट्यूशन मैं नहीं जाना, ट्यूशन वाली मैडम जिहड़ी है ना, वो तो वैसे ही बहुत ज्यादा स्ट्रिक जी होई पई है, पता नहीं क्या है मैडम नु, जदों जांदी ओदे डंडे दे, डंडे ते डंडा दे, डंडे ते डंडा, पता किन्ना पढ़ेंगी नहीं तो डंडे ते डंडा ही पिटूगा तैनू। दस मेरी मम्मी तो यहो जी, तुहाडी मम्मी भी इदां ही करदी हुंदी तुहाडे नाल, नाले जब तुहाडियां मम्मियां बचपन च तुहाडे नाल इदां ही करदियां सीगियां, किन्ना औखा हो जांदा निक्की जी जान आ मैं, दस कदी स्कूलों कुट खावां, कदी ट्यूशन वाली मैडम कोलों, घरे तां 24 घंटे पैंदियां ही रहिंदियां। जे तुसी भी मेरी मम्मी नूं मेरी कोई शिकायत लाना चाहुंदे हो तां मेरी मम्मी नूं फोन कर सकदे हो 3472521232 ते ना बबलू अंकल। ਇਹ ਬਬਲੂ ਅੰਕਲ ਮੈਨੂੰ ਜਿਹੜੀ ਬਾਜ ਜੀ ਨਹੀਂ ਆਉਂਦੀ ਵੀ, ਪਹਿਲਾਂ ਤੂੰ ਬੋਲਦਾ ਹੁੰਦਾ ਸੀਗਾ, ਹੁਣ ਤੂੰ ਬੋਲਦਾ ਹੀ ਨਹੀਂ ਹੁੰਦਾ, ਇਹ ਜੇ ਉਹ ਕਿੱਥੇ ਮਰ ਗਿਆ ਵੀਰੂ ਜੀ ਆ ਨਾ, ਉਹ ਤਾਂ ਮਤਲਬ ਕਿ ਰਿਕਸ਼ੇ ਵਾਲਾ ਰਿਕਸ਼ਾ ਸਕੂਲ। ਜੇ ਕੋਈ ਗੱਲ ਨਹੀਂ ਮੰਮੀ ਜੀ, ਮੈਂ ਸਕੂਲੇ ਚੱਲ ਜਾਂਦੀ ਹਾਂ, ਅਤੇ ਜੇ ਨਾ ਮੈਨੂੰ ਬਬਲੂ ਅੰਕਲ ਜੀ ਕਹਿਣਗੇ ਕਿ ਤੂੰ ਹੁਣ ਸਕੂਲੇ ਚੱਲ ਜਾ, ਮੈਂ ਚੱਲ ਜੂਗੀ ਸਕੂਲੇ, ਕੋਈ ਗੱਲ ਨਹੀਂ। ਪਰ ਉੱਦਾਂ ਜਿਹੜੇ ਮੰਮੀ ਪਾਪਾ ਹੁੰਦੇ ਉਹ ਬੱਚਿਆਂ ਵਾਸਤੇ ਨਾ ਹਮੇਸ਼ਾ ਨਾ ਚੰਗਾ ਹੀ ਸੋਚਦੇ ਹੁੰਦੇ ਨੇ, ਮੈਂ ਵੀ ਮੰਮੀ ਮੇਰੀ ਜੇ ਮੈਂ ਇਹਨਾਂ ਦੀ ਗੱਲ ਮੰਨ ਲਿੱਤੀ ਹੁੰਦੀ ਤਾਂ ਹੁਣ ਤੱਕ ਨਾ ਮੈਂ 5ਵੀਂ 'ਚ ਪਾਸ ਹੋ ਚੁੱਕੀ ਹੁੰਦੀ। ਮੈਂ ਅੱਜ ਤੋਂ ਕੋਸ਼ਿਸ਼ ਕਰੂੰਗੀ ਕਿ ਮੈਂ ਆਪਣੀ ਪੜ੍ਹਾਈ ਦੇ ਵਿੱਚ ਆਪਣਾ ਪੂਰਾ ਦਿਮਾਗ ਲਾਵਾਂ, ਪਤਾ ਨਹੀਂ ਮੇਰੇ ਤਾਂ ਗੋਡੇ ਹੀ ਚੱਲਦੇ, ਦਿਮਾਗ ਤਾਂ ਚੱਲਦਾ ਹੀ ਹੈ ਨਹੀਂ। ਮੈਂ ਅੱਜ ਤੋਂ ਬਾਅਦ ਆਪਣੀ ਮੰਮੀ ਦਾ ਕਹਿਣਾ ਮੰਨੂਗੀ, ਸਕੂਲ ਲਈ ਟਾਈਮ 'ਤੇ ਉੱਠੂੰਗੀ, ਸਵੇਰੇ ਉੱਠ ਕੇ ਜਿੱਦਾਂ ਨਹੀਂ ਕਰੂੰਗੀ, ਟਾਈਮ ਟੇਬਲ ਪੂਰਾ ਟਾਈਮ ਨਾਲ ਸੈੱਟ ਕਰ ਲਿਆ ਕਰੂੰਗੀ, ਸਕੂਲ ਦੀ ਯੂਨੀਫਾਰਮ 1 ਰਾਤ ਪਹਿਲਾਂ ਤਿਆਰ ਕਰਕੇ ਸੁੱਤਾ ਕਰੂੰਗੀ, ਕਿਉਂਕਿ ਮੈਨੂੰ ਇਹ ਕਿਤਾਬਾਂ ਪਾਈਆਂ ਬਸਤੇ 'ਚ ਪੂਰੀਆਂ, ਕਾਪੀਆਂ ਪਾਈਆਂ ਮੰਮੀ, ਕਿਤਾਬਾਂ ਕਾਪੀਆਂ ਤਾਂ ਪਾਈਆਂ, ਬਸ ਹੁਣ ਤੁਸੀਂ ਮੈਨੂੰ ਛੇਤੀ ਛੇਤੀ ਚੁੱਪ ਚਾਪ ਮੰਮੀ ਜੀ 5 ਰੁਪਈਏ ਫੜਾ ਦਿਓ, ਮੈਂ ਚੱਲੀ ਆਹੋ ਇੱਥੇ ਪਾਉਂਦੀ ਹਾਂ, ਮੈਂ ਚੱਲੀ ਸਕੂਲ, ਕਿਉਂਕਿ ਰਿਕਸ਼ੇ ਵਾਲੇ ਦੀ ਨਾ ਟੱਲੀ ਦੀ ਮੈਨੂੰ ਆਵਾਜ਼ ਆਉਂਦੀ ਪਈ ਹੈ, ਨਹੀਂ ਤਾਂ ਤੁਸੀਂ ਮੈਨੂੰ ਆਪਦੀ ਲੂਣਾ 'ਤੇ ਛੱਡ ਆਓ। ਨਹੀਂ ਲੂਣਾ 'ਤੇ ਨਹੀਂ ਜਾਣਾ, ਲੂਣਾ 'ਤੇ ਨਹੀਂ ਜਾਣਾ। ਚਲੋ ਜੀ ਮੰਮੀ, ਹੁਣ ਤੁਸੀਂ ਵੀ ਸਾਰਿਆਂ ਨੂੰ ਕਹਿ ਦਿਓ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਚੰਗਾ ਜੀ, ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ, ਜਾਂਦੀ ਹਾਂ ਮੈਂ ਸਕੂਲੇ ਔਖਾ।